ਸਤਿਕਾਰਯੋਗ ਸਾਥੀਓ ਸਾਥੀਓ ਜਿਹੜੀ ਅੱਜ ਦੀ ਆਪਣੀ ਮੀਟਿੰਗ ਸੀਗੀ, ਮੀਟਿੰਗ ਹੋ ਚੁੱਕੀ ਹੈਗੀ। ਮਾਫ਼ ਕਰਨਾ, ਥੋੜ੍ਹਾ ਜਿਹਾ ਸਿਹਤ ਆ ਜਿਹੜੀ ਸਹੀ ਨਹੀਂ ਸੀਗੀ ਅਤੇ ਲਾਈਵ ਵੀ ਨਹੀਂ ਹੋਇਆ ਗਿਆ, ਸੋ ਜਾਣਕਾਰੀ ਥੋੜ੍ਹੀ ਲੇਟ ਦੇ ਰਹੇ ਹਾਂਗੇ। ਮੀਟਿੰਗ ਦੇ ਵਿੱਚ ਹਰ ਪੱਖ 'ਤੇ ਆਪਾਂ ਨੇ ਗੱਲ ਕੀਤੀ ਹੈਗੀ, ਜੋ ਵੀ ਸੀਗਾ ਉੱਦਾਂ ਆਪਣੀ ਗੱਲਬਾਤ ਹੋਈ ਹੈਗੀ ਪੂਰੀ, ਪਰ ਅਜੇ ਜਿਹੜਾ ਗਾ ਪ੍ਰੋਪਰ ਮਸਲੇ 'ਤੇ ਜਿਹੜਾ ਗਾ ਆਪਾਂ ਪਹੁੰਚੇ ਨਹੀਂ ਗੇ। ਪ੍ਰੋਪਰ ਜਿਹੜੀ ਹੈਗੀ ਆਪਾਂ ਨੂੰ ਜਿਹੜੀ ਮੰਜ਼ਿਲ ਆਪਾਂ ਲੈ ਕੇ ਚੱਲੇ ਹੋਏ ਹਾਂਗੇ, ਉਸ ਮੰਜ਼ਿਲ 'ਤੇ ਅਜੇ ਪਹੁੰਚੇ ਨਹੀਂ ਗੇ। ਉਸ ਕਰਕੇ ਜਿਹੜਾ ਆਪਾਂ ਨੂੰ ਕੱਲ੍ਹ ਨੂੰ ਫਿਰ ਜਿਹੜਾ ਸਮਾਂ ਦਿੱਤਾ ਗਾ, ਕੱਲ੍ਹ ਨੂੰ ਫਿਰ ਜਿਹੜੀ ਆਪਣੀ ਦੁਬਾਰਾ ਜਿਹੜੀ ਮੀਟਿੰਗ ਹੋਣੀ ਹੈਗੀ, ਔਰ ਮੀਟਿੰਗ ਕੱਲ੍ਹ ਦੀ ਹੈ ਜਿਹੜੀ ਆਪਾਂ ਲਾਸਟ ਹੀ ਮੰਨ ਕੇ ਚੱਲੇ ਹੋਏ ਹਾਂਗੇ। ਕੱਲ੍ਹ ਨੂੰ ਜਿਹੜਾ ਆਪਣਾ ਕੋਈ ਨਾ ਕੋਈ ਪੁਖਤਾ ਹੱਲ ਜ਼ਰੂਰ ਨਿਕਲੂਗਾ, ਸੋ ਹੌਂਸਲਾ ਬਣਾ ਕੇ ਰੱਖੋ ਸਾਥੀਓ। ਜਿੰਨਾ ਵੀ ਹੋਇਆ ਬੈਸਟ ਕਰਾਂਗੇ, ਪਹਿਲਾਂ ਵੀ ਬੈਸਟ ਹੋਇਆ ਗਾ, ਅੱਗੇ ਵੀ ਬੈਸਟ ਕਰਾਂਗੇ। ਸਾਥ ਦੀ ਲੋੜ ਹੈਗੀ ਸਾਥੀਆਂ ਦੇ, ਅੱਜ ਵੱਡੀ ਗਿਣਤੀ ਦੇ ਵਿੱਚ ਸਾਥੀ ਪਹੁੰਚੇ ਸੀਗੇ, ਅਤੇ ਬੇਨਤੀ ਕਰਦੇ ਹਾਂ ਕਿ ਕੱਲ੍ਹ ਨੂੰ ਫਿਰ ਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਥੀ ਪਹੁੰਚਣ। ਕਾਫੀ ਸਾਥੀ ਨੇਗੇ ਅੱਜ ਜਿਹੜੇ ਇੱਥੇ ਸਾਡੇ ਨਾਲ ਸਟੇਅ ਕਰ ਰਹੇ ਨੇਗੇ, ਕਿਉਂਕਿ ਪੱਕਾ ਮੋਰਚਾ ਆਪਾਂ ਨੇ DPI ਆਫਿਸ ਦੇ ਅੱਗੇ ਹੀ ਲਾਇਆ ਹੋਇਆ ਗਾ। ਡੇ ਨਾਈਟ ਦਾ ਜਿਹੜਾ ਗਾ ਆਪਾਂ ਨੇ ਹੁਣ ਪੱਕਾ ਮੋਰਚਾ ਇੱਥੇ ਹੀ ਲਗਾ ਲਿਆ ਗਾ। ਸੋ ਜਿੰਨੇ ਸਾਥੀ ਅਜੇ ਘਰ ਬੈਠੇ ਨੇਗੇ, ਇੰਤਜ਼ਾਰ ਕਰ ਰਹੇ ਨੇ ਕਿ ਜੀ ਕੋਈ ਗੁੱਡ ਨਿਊਜ਼ ਆਵੇ ਜਾਂ ਕੋਈ ਜਿਹੜਾ ਪ੍ਰੋਸੈਸ ਆ ਜਿਹੜਾ ਭਰਤੀ ਦਾ ਜਲਦੀ ਚੱਲੇ, ਤਾਂ ਉਹਨਾਂ ਨੂੰ ਬੇਨਤੀ ਹੈਗੀ ਕਿ ਕੱਲ੍ਹ ਨੂੰ ਜਲਦੀ ਆਪਣਾ ਸੁਬਹਾ ਆਉਣਾ DPI ਆਫਿਸ ਦੇ ਅੱਗੇ, ਜਿਹੜਾ ਆਪਣਾ ਧਰਨਾ ਲੱਗਿਆ ਗਾ, ਪੱਕੇ ਪੈਰੀ ਆਉਣਾ, ਹੁਣ ਹਫ਼ਤੇ ਦਾ ਜਿਹੜਾ ਆਪਣਾ ਬੈਗ ਪੈਕ ਕਰਕੇ ਆਉਣਾ, ਕਿਉਂਕਿ ਕੱਲ੍ਹ ਦੀ ਜਿਹੜੀ ਮੀਟਿੰਗ ਹੈਗੀ ਉਹ ਆਪਣੀ ਲਾਸਟ ਹੀ ਹੋਣੀ ਹੈਗੀ। ਇਸ ਤੋਂ ਬਾਅਦ ਆਪਾਂ ਨੇ ਕੋਈ ਮੀਟਿੰਗ ਨਹੀਂ ਕਰਨੀ ਜੀ, ਕਿਸੇ ਪ੍ਰਕਾਰ ਦਾ ਕੋਈ ਆ ਜਿਹੜਾ ਕੰਪਰੋਮਾਈਜ਼ ਜਾਂ ਸਰਕਾਰ ਨਾਲ ਕਿਸੇ ਪ੍ਰਕਾਰ ਦੀ ਕੋਈ ਆਪਾਂ ਨੇ ਸਹਿਮਤੀ ਨਹੀਂ ਲੈਣੀ ਹੈਗੀ, ਕਿ ਫਿਰ ਜੋ ਹੋਊਗਾ ਉੱਦਾਂ ਆਪਾਂ ਚੱਲਾਂਗੇ। ਸੋ ਅੱਜ ਦੀ ਜਿਹੜੀ ਮੀਟਿੰਗ ਸੀਗੀ, ਅੱਜ ਦੀ ਮੀਟਿੰਗ ਦੇ ਵਿੱਚ ਇੱਕ ਵਾਰੀ ਫਿਰ ਆਪਾਂ ਨੂੰ ਜਿਹੜਾ ਕੱਲ੍ਹ 4 ਵਜੇ ਦਾ ਜਿਹੜਾ ਸਮਾਂ ਮਿਲੇਗਾ, ਕੱਲ੍ਹ ਨੂੰ ਫਿਰ ਆ ਜਿਹੜੀ ਆਪਾਂ ਮੀਟਿੰਗ ਕਰਾਂਗੇ। ਮੀਟਿੰਗ ਦੇ ਵਿੱਚ ਜੋ ਵੀ ਹੱਲ, ਜੋ ਵੀ ਗੱਲਬਾਤ ਹੋਊਗੀ, ਕੱਲ੍ਹ ਸਾਰੇ ਸਾਥੀਆਂ ਨਾਲ ਸਾਂਝੀ ਕੀਤੀ ਜਾਊਗੀ। ਬੇਨਤੀ ਹੈਗੀ ਕਿ ਵੱਧ ਤੋਂ ਵੱਧ ਸਾਥੀ ਕੱਲ੍ਹ ਜਿਹੜਾ ਆਪਣੇ ਪੱਕੇ ਧਰਨੇ ਵਿੱਚ ਜ਼ਰੂਰ ਪਹੁੰਚਣਾ, ਵੱਡੇ ਰੂਪ ਦੇ ਵਿੱਚ ਜਿਹੜਾ ਇਕੱਠ ਜ਼ਰੂਰੀ ਹੈਗਾ, ਕਿਉਂਕਿ ਅਗਲੀ ਜਿਹੜੀ ਰੂਪਰੇਖਾ ਹੋਊਗੀ ਉਹ ਫਿਰ ਤੁਹਾਡੇ ਸਾਥ ਨਾਲ ਅਤੇ ਤੁਹਾਡੇ ਜਿਵੇਂ ਵੀ ਤੁਹਾਡਾ ਆਦੇਸ਼ ਹੋਊਗਾ, ਉਸ ਤਰ੍ਹਾਂ ਜਿਹੜੀ ਆਪਾਂ ਅਗਲੀ ਕਾਰਵਾਈ ਉਹ ਜ਼ਰੂਰ ਪਾਵਾਂਗੇ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।